ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੋਟਨ ਸ਼ਿਮਰ ਦੇ ਕੱਟ ਪੀਸ ਜੀ। ਕੱਲ੍ਹ ਵਾਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਕੋਟਨ ਸ਼ਿਮਰ ਦੇ ਕੱਟ ਪੀਸ ਓਪਨ ਕਰਾਂਗੇ 28 ਅਪ੍ਰੈਲ ਨੂੰ ਅਤੇ 10:30 ਵਜੇ ਜੀ। ਅਤੇ ਹਾਂਜੀ, ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਕੋਟਨ ਸ਼ਿਮਰ ਦੇ ਕੱਟ ਪੀਸ ਜੀ। ਦੋ ਪਾਰਸਲ ਆਏ ਹੈ ਜੀ ਕੋਟਨ ਸ਼ਿਮਰ ਦੇ ਕੱਟ ਪੀਸਾਂ ਦੇ। ਬਹੁਤ ਸੋਹਣਾ ਮਾਲ ਹੈ, ਬਹੁਤ ਸੋਹਣੇ ਡਿਜ਼ਾਇਨ ਹੈ, ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ। ਅਤੇ ਜੋ ਚੈਨਲ ਸਾਡੇ ਚੈਨਲ 'ਤੇ ਨਵੇਂ ਹੈ ਜੀ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ। ਅਤੇ ਉਹਨਾਂ ਨੂੰ ਸਾਡਾ ਐਡਰੈਸ ਦੱਸ ਦਿੱਤਾ ਜਾਵੇ, ਕਾਕਾ ਕਲੋਥ ਹਾਊਸ ਮਾਨਸਾ ਦੇ ਵਿੱਚ ਜੀ, ਸਿਨੇਮਾ ਰੋਡ 'ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸਥਿਤ ਹੈ ਜੀ। ਸਿਨੇਮਾ ਰੋਡ 'ਤੇ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਕਾਕਾ ਕਲੋਥ ਹਾਊਸ ਦੀ ਸ਼ੋਪ ਹੈ। ਅਤੇ ਤੁਸੀਂ ਜੋ ਕੱਟ ਪੀਸ ਖਰੀਦਣਾ ਚਾਹੁੰਦੇ ਜੀ ਤਾਂ ਕੱਲ੍ਹ ਵਿਜ਼ਿਟ ਕਰੋ। ਕੋਟਨ ਸ਼ਿਮਰ ਦੇ ਕੱਟ ਪੀਸ ਆਏ ਹੈ ਜੀ, 200 ਰੁਪਏ ਮੀਟਰ ਰੇਟ ਹੈ ਜੀ, 200 ਰੁਪਏ ਮੀਟਰ ਰੇਟ ਹੈ ਜੀ। ਬੜੇ ਪਨੇ ਦੇ ਕੱਟ ਪੀਸ ਹੈ, 200 ਰੁਪਏ ਮੀਟਰ ਰੇਟ ਹੈ, ਬੜੇ ਪਨੇ ਦੇ ਕੱਟ ਪੀਸ ਹੈ। 3.5 ਮੀਟਰ ਦਾ ਸੂਟ ਬਣੂਗਾ 700 ਰੁਪਏ ਦੇ ਵਿੱਚ, 3.5 ਮੀਟਰ ਦਾ ਸੂਟ ਬਣੂ 700 ਰੁਪਏ ਦੇ ਵਿੱਚ। ਅਤੇ ਰਸੀਆ ਕੰਪਨੀ ਦੇ ਕੱਟ ਪੀਸ ਆਏ ਜੀ, ਰਸੀਆ ਕੰਪਨੀ ਦੇ ਕੱਟ ਪੀਸ ਹੈ ਹਾਂਜੀ। ਅਤੇ ਹੁਣ ਤੁਹਾਨੂੰ ਅਸੀਂ ਕਰਦੇ ਹਾਂ ਕੱਟ ਪੀਸ ਸ਼ੋਅ ਜੀ, ਜੋ ਡਿਜ਼ਾਇਨ ਆਇਆ ਜੀ। ਅੱਜ ਜ਼ਿਆਦਾ ਲੰਮੀ ਵੀਡੀਓ ਨਹੀਂ ਕਰਾਂਗੇ ਅਤੇ ਤੁਹਾਨੂੰ ਬਸ ਡਿਜ਼ਾਇਨ ਸ਼ੋਅ ਕਰਾਂਗੇ। ਅਤੇ ਕੱਲ੍ਹ ਕੱਟ ਪੀਸ ਓਪਨ ਕੀਤੇ ਜਾਣਗੇ। ਰੱਖੀ ਚਲੋ, ਰੁਕ ਜਾਓ, ਆਹ ਡਿਜ਼ਾਇਨ ਸ਼ੋਅ ਕਰ ਦਈਏ ਕਸਟਮਰ ਨੂੰ, ਬਸ ਆਹ ਡਿਜ਼ਾਇਨ ਸ਼ੋਅ ਕਰ ਦਿਓ, ਰੁਕ ਜਾਓ ਲਵਲੀ। ਹਾਂਜੀ, ਕੱਲ੍ਹ 28 ਅਪ੍ਰੈਲ ਨੂੰ ਜੀ ਕੋਟਨ ਸ਼ਿਮਰ ਰਸੀਆ ਕੰਪਨੀ ਦੇ ਕੱਟ ਪੀਸ ਓਪਨ ਕਰ ਦਿੱਤੇ ਜਾਣਗੇ 10:30 ਵਜੇ ਜੀ। ਕੋਈ ਵੀ ਕੱਟ ਪੀਸ ਲੈਣਾ ਚਾਹੁੰਦਾ ਜੀ ਕੋਟਨ ਸ਼ਿਮਰ ਦੇ ਦੁਕਾਨ ਲਈ ਵਿਜ਼ਿਟ ਕਰ ਸਕਦਾ ਜੀ। 200 ਰੁਪਏ ਮੀਟਰ ਰੇਟ ਰਹੂਗਾ ਜੀ ਕੱਟ ਪੀਸਾਂ ਦਾ ਜੀ, ਰਸੀਆ ਕੰਪਨੀ ਦੇ। 3.5 ਮੀਟਰ ਦਾ ਸੂਟ ਬਣੂਗਾ ਇਸ ਦੇ ਵਿੱਚ, ਤੁਹਾਨੂੰ 1.5 ਮੀਟਰ, 2.25 ਮੀਟਰ, 2 ਮੀਟਰ, 2.25 ਮੀਟਰ, 2.5 ਮੀਟਰ, 2.75 ਮੀਟਰ, 3 ਮੀਟਰ, 3.25 ਮੀਟਰ ਅਤੇ 3.5 ਦੇ ਕੱਟ ਪੀਸ ਮਿਲਣਗੇ। ਇੱਕ ਨਾਲ ਦੇ ਤੁਸੀਂ 2 ਪੀਸ 2.5, 2.5 ਲਗਾ ਕੇ ਪੂਰਾ ਸੂਟ ਬਣਾ ਸਕਦੇ ਹੋ। ਤੁਸੀਂ ਇਹਨਾਂ ਨੂੰ ਮੈਚਿੰਗ ਵੀ ਲੈ ਸਕਦੇ ਹੋ ਜੀ, ਸ਼ਰਟ ਪਲੱਸ ਪਲੇਨ ਕੈਮਰਿਕ ਦੀ ਬੋਟਮ ਲੱਗ ਜਾਊਗੀ ਤਾਂ ਤੁਸੀਂ ਮੈਚਿੰਗ ਸੂਟ ਵੀ ਰੈਡੀ ਕਰਵਾ ਸਕਦੇ ਹੋ। ਕੋਟਨ ਲੋਨ ਸ਼ਿਮਰ ਦੇ ਕੱਟ ਪੀਸ ਰਸੀਆ ਕੰਪਨੀ ਦੇ। ਇਹ ਸੀ ਫਸਟ ਦਿਖਾ ਦਿਓ ਕਸਟਮਰ ਨੂੰ ਕੋਟਨ ਸ਼ਿਮਰ ਕੱਟ ਪੀਸ। ਕੱਲ੍ਹ ਸਵੇਰੇ ਪਹੁੰਚੋ 10:30 ਵਜੇ ਜੀ ਕਾਕਾ ਕਲੋਥ ਹਾਊਸ 'ਤੇ ਕੋਟਨ ਸ਼ਿਮਰ ਦੇ ਕੱਟ ਪੀਸ ਲੈਣ ਲਈ। ਲਾਈਟ ਡਾਰਕ ਡਸਟੀ ਚਾਰਟ ਤੁਹਾਨੂੰ ਸਭ ਚਾਰਟ ਇਸ ਦੇ ਵਿੱਚ ਮਿਲਣਗੇ ਜੀ, ਡਾਰਕ ਰੰਗ ਵੀ, ਡਸਟੀ। 200 ਰੁਪਏ ਮੀਟਰ ਰੇਟ ਹੈ ਜੀ ਸ਼ਿਮਰ ਕੋਟਨ ਦੇ ਕੱਟ ਪੀਸਾਂ ਦਾ, ਕੋਟਨ ਸ਼ਿਮਰ ਦੇ ਕੱਟ ਪੀਸਾਂ ਦਾ ਰੇਟ। ਕੱਪੜਾ ਪੂਰਾ ਸੋਫਟ ਹੈ ਜੀ, ਬਿਲਕੁਲ ਸੋਫਟ ਕੱਪੜਾ ਹੋਊਗਾ, ਬਿਨਾਂ ਲਾਈਨਿੰਗ ਤੋਂ ਸੂਟ ਬਣੂਗਾ ਜੀ, ਬਿਨਾਂ ਲਾਈਨਿੰਗ ਤੋਂ ਸੂਟ ਜੀ, ਸੋਫਟ ਕੱਪੜਾ ਜੀ। ਆ ਤੁਸੀਂ ਦੇਖ ਸਕਦੇ ਹੋ ਲਾਈਟ ਡਾਰਕ ਬਹੁਤ ਪਿਆਰਾ ਮਾਲ ਆਇਆ ਜੀ। ਇਹ ਸੀ ਫਸਟ ਕੱਠ ਜੀ ਕੋਟਨ ਸ਼ਿਮਰ ਦੇ ਕੱਟ ਪੀਸਾਂ ਦੀ। ਅਤੇ ਤੁਸੀਂ ਦੇਖ ਸਕਦੇ ਹੋ ਮੋਸਟਲੀ ਵੱਡੇ ਪੀਸ ਹੀ ਆਏ ਹੈ ਜੀ ਕੋਟਨ ਸ਼ਿਮਰ ਦੇ। ਹਾਂਜੀ,
ਆ ਦੇਖ ਸਕਦੇ ਹੋ ਤੁਸੀਂ ਡਿਜ਼ਾਇਨ ਅਤੇ ਕੱਪੜਾ। ਹਾਂਜੀ, ਹੁਣ ਅਸੀਂ ਤੁਹਾਨੂੰ ਸੈਕਿੰਡ ਪਾਰਸਲ ਖੋਲਦੇ ਹਾਂ। ਇਸ ਨੂੰ ਅਲੱਗ ਹੀ ਰੱਖਿਓ, ਠੀਕ ਹੈ। ਸੈਕਿੰਡ ਪਾਰਸਲ ਦੇ ਡਿਜ਼ਾਇਨ ਸ਼ੋ ਕਰ ਦਿਓ। ਮੋਸਟਲੀ ਸੇਮ ਹੀ ਹੁੰਦੇ ਆ ਜੀ ਡਿਜ਼ਾਇਨ। ਚਲੋ ਦੇਖ ਲੈਂਦੇ ਹਾਂ ਜੀ, ਕੁਝ ਨਵੇਂ ਡਿਜ਼ਾਇਨ ਵੀ ਹੋਣਗੇ ਜੀ। ਆਹ ਦੇਖੋ, ਬਿਲਕੁਲ ਨਵਾਂ ਡਿਜ਼ਾਇਨ ਜੀ, ਕੋਟਨ ਸ਼ਿਮਰ ਰਸੀਆ ਕੰਪਨੀ ਦੇ ਕੱਟ ਪੀਸ ਓਪਨ ਕਰ ਦਿੱਤੇ ਜਾਣਗੇ ਕੱਲ੍ਹ ਜੀ। ਹਾਂਜੀ, ਬਸ ਅੱਗੇ ਹੋਰ ਓਪਨ ਕਰ ਲਓ। ਆਹ ਦੇਖੋ ਕਿੰਨਾ ਸੋਹਣਾ ਡਿਜ਼ਾਇਨ ਆਇਆ ਜੀ, ਕੋਟਨ ਸ਼ਿਮਰ ਦਾ ਜੀ। ਬਹੁਤ ਹੀ ਵਧੀਆ ਮਾਲ ਜੀ, ਕੋਟਨ ਸ਼ਿਮਰ ਦੇ ਕੱਟ ਪੀਸਾਂ ਦਾ। ਲਾਈਟ, ਡਾਰਕ, ਡਸਟੀ ਸਭ ਤਰ੍ਹਾਂ ਦੇ ਤੁਹਾਨੂੰ ਮਿਲਣਗੇ। ਅਤੇ ਮੈਂ ਵੀਡੀਓ ਕੱਲ੍ਹ ਹੀ ਪਾ ਦਿੱਤੀ ਸੀ ਕਿ ਕੋਟਨ ਸ਼ਿਮਰ ਦੇ ਕੱਟ ਪੀਸ 28 ਤਰੀਕ ਨੂੰ ਓਪਨ ਕੀਤੇ ਜਾਣਗੇ। ਅਤੇ ਤੁਸੀਂ ਦੇਖ ਸਕਦੇ ਹੋ ਜੀ, ਅੱਜ ਕੋਟਨ ਸ਼ਿਮਰ ਦੇ ਕੱਟ ਪੀਸ ਜੀ, ਕੋਟਨ ਸ਼ਿਮਰ। ਮੋਸਟਲੀ ਨੰਬਰ ਆਫ ਡਿਜ਼ਾਇਨ ਅਵੇਲੇਬਲ ਹੈ ਇਸ ਦੇ ਵਿੱਚ ਜੀ, ਤੁਹਾਨੂੰ ਬਹੁਤ ਸਾਰੇ ਡਿਜ਼ਾਇਨ ਮਿਲ ਜਾਣਗੇ। ਅਤੇ ਕੱਲ੍ਹ ਵਿਜਿਟ ਕਰਕੇ ਤੁਸੀਂ ਇਹ ਕੱਟ ਪੀਸ ਲੈ ਸਕਦੇ ਹੋ। ਸਾਢੇ 10 ਵਜੇ ਕਰਾਂਗੇ ਓਪਨ ਜੀ। ਕੋਈ ਸ਼ੋਪ ਲਈ ਕੱਟ ਪੀਸ ਲੈਣਾ ਚਾਹੁੰਦਾ ਹੈ ਜੀ, ਆਹ ਦੇਖੋ ਕਿੰਨਾ ਪਿਆਰਾ ਮਾਲ ਆਇਆ ਜੀ, ਬਹੁਤ ਹੀ ਸੋਹਣਾ ਡਿਜ਼ਾਇਨ ਜੀ, ਬਹੁਤ ਹੀ ਪਿਆਰਾ ਮਾਲ ਜੀ। ਜ਼ਰੂਰ ਵਿਜਿਟ ਕਰੋ ਜੀ, ਬਹੁਤ ਹੀ ਫਾਇਦਾ ਹੈ ਜੀ ਕੱਲ੍ਹ ਕਸਟਮਰ ਦਾ। 200 ਰੁਪਏ ਮੀਟਰ ਕੋਟਨ ਸ਼ਿਮਰ ਦੇ ਕੱਟ ਪੀਸਾਂ ਦਾ ਰੇਟ ਰਹੂਗਾ। 700 ਰੁਪਏ ਦਾ ਸੂਟ ਬਣਨਾ ਹੈ ਜੀ 3.5 ਮੀਟਰ ਦਾ। ਡਿਜ਼ਾਇਨ ਏ ਕਲਾਸ ਜੀ, ਏ ਕਲਾਸ ਕੱਪੜਾ, ਏ ਕਲਾਸ ਡਿਜ਼ਾਇਨ ਜੀ, ਕੋਟਨ ਸ਼ਿਮਰ ਰਸੀਆ ਕੰਪਨੀ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵਧੀਆ ਤੋਂ ਵਧੀਆ ਕੱਟ ਪੀਸ ਲਿਆਉਂਦੇ ਜਾਣ ਕਸਟਮਰ ਲਈ। ਅਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਕੱਟ ਪੀਸ ਲੈ ਕੇ ਆਏ ਹਾਂ ਜੀ, ਕੋਟਨ ਸ਼ਿਮਰ ਦੇ ਜੀ, ਰਸੀਆ ਕੰਪਨੀ ਦੇ ਜੀ। ਬਹੁਤ ਹੀ ਸੋਫਟ ਫੈਬਰਿਕ, ਅਤੇ ਤੁਸੀਂ ਮਾਲ ਦੇਖ ਸਕਦੇ ਹੋ, ਬਹੁਤ ਕੁਆਂਟਿਟੀ ਦੇ ਵਿੱਚ ਆ ਚੁੱਕਿਆ ਹੈ ਜੀ। ਆਹ ਸਾਰਾ ਮਾਲ ਹੈ ਜੀ ਜੋ ਅਸੀਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਸ਼ੋਅ ਕੀਤਾ ਜੀ, ਕੱਲ੍ਹ ਕਰ ਦੇਵਾਂਗੇ ਓਪਨ ਜੀ। ਹਾਂਜੀ, ਇਹ ਸੀ ਕੋਟਨ ਸ਼ਿਮਰ ਦੇ ਕੱਟ ਪੀਸ ਜੀ। ਹਾਂਜੀ, ਹੁਣ ਤੁਹਾਨੂੰ ਅਸੀਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਬਹੁਤ ਸੋਹਣੇ ਸੋਹਣੇ ਪੀਸ ਲੈ ਕੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਸਪੋਰਟ ਕਰਨ ਲਈ। ਤੁਹਾਡਾ ਅਗੇਨ ਤੋਂ ਥੈਂਕ ਯੂ ਕਰਦਾ ਜੀ। ਅਤੇ ਆਪਾਂ ਹਾਂਜੀ ਫਿਰ ਤੋਂ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਕੁਝ ਨਵੇਂ ਕੰਟੈਂਟ ਲੈ ਕੇ ਜੀ, ਨਵੇਂ ਕੱਟ ਪੀਸ ਲੈ ਕੇ ਜੀ।